ਜੋ 라ਵਰ ਫਤੇ ਸਿੰਘ ਜੀ ਚਿਣੇ ਦੀਵਾਰ ਵੇਖਦੀ ਹਾਂ ਚਾਂਦਨੀ ਚੌਂਕ ਵਿੱਚ ਮੈਂ ਵੇਖਦੀ ਬਲੀਦਾਨ ਬਾਪੂ ਦਾ ਗੁਜਰੀ ਮਾਂ ਉਹ ਉਚੜਾ ਬੁਰਜ ਠੰਡਾ ਠਾਰ ਵੇਖਦੀ ਹਾਂ ਜੀਵਨ ਪਰ ਲੜਾਈ ਕਿੰਜ ਲੜੀਏ ਹੱਕ ਤੇ ਸੱਚ ਦੀ ਤੁਹਾਡੇ ਹੱਥ ਵਿੱਚ ਜਦ ਪਾਤਸ਼ਾ ਤਲਵਾਰ ਵੇਖਦੀ ਹਾਂ ਸੱਚਿਆ ਕਾਲ ਜੀ ਸਾਰਿਆਂ ਨੂੰ ਮੇਰੀ ਇਸ ਮੋਰਚੇ ਦੇ ਵਿੱਚ ਛੋਟੀ ਜੀ ਹਾਜ਼ਰੀ ਕਬੂਲ ਕਰਨਾ ਮੈਂ ਪਹਿਲਾਂ ਵੀ ਇੱਥੇ ਵਿਚਾਰ ਸੁਣੇ ਨੇ ਕਿ ਅੱਜਕੱਲ ਦੇ ਬੱਚਿਆਂ ਨੂੰ ਨੜੂਏ ਬਾਰੇ ਨਹੀਂ ਪਤਾ ਪਰ ਗਲਤ ਹੈ ਇੱਥੇ ਆਉਂਦੀ ਹੈ ਕਿ ਨੜੂਏ ਬਾਰੇ ਦੱਸੇਗਾ ਕੌਣ ਇਤਿਹਾਸਤਾਗਲੇ ਨੇ ਪਹਿਲਾਂ ਹੀ ਸਾਡੀਆਂ ਕਿਤਾਬਾਂ 'ਚੋਂ ਗਾਇਬ ਕਰਤਾ ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਜਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨੇ ਬਾਈ ਦਿਨਾ ਦੀ ਕਮਾਈ ਦਾ ਧਿਆਨ ਧਾਰ ਕੇ ਬੋਲੋ ਜੀਵਾ ਹੈ ਗੁਰ ਪਰਉਨਾ ਸਿੰਘਾ ਸਿੰਘਣੀਆਂ ਦੇ ਨਾ ਕੋਣ ਦੱਸੇਗਾ ਅਸੀਂ ਆਪਣੇ ਘਰਾਂ ਵਿੱਚ ਤੇ ਸਿਖਾਈ ਸਕਦੇ ਹਾਂ ਰਣਜੀਤ ਬਾਵਾ ਜੀ ਦਾ ਇੱਕ ਨਵਾਂ ਗਾਣਾ ਆਇਆ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਅੱਜ ਦੇ ਬੱਚਿਆਂ ਨੂੰ 84 ਭੁੱਲ ਗਈ ਵੇ ਕਹਿੰਦੀ ਹੈ ਨਹੀਂ ਭੁੱਲੀ 84 ਨਹੀਂ ਭੁੱਲਾਂਗੇ ਕਿਵੇਂ ਭੁੱਲ ਸਕਦੇ ਹਾਂ ਸਾਡੇ ਦਾਦੇ ਪਰਦਾਦਿਆਂ ਦੇ ਗਲਾਂ ਵਿੱਚ ਬਲਦੇ ਟੈਰ ਪਾਏ ਕਿਵੇਂ ਭੁੱਲੀਏ ਸਾਡੇ ਮਾਵਾਂ ਪੈਣਾ ਦੀ ਇੱਜ਼ਤ ਬੇਪੱਧ ਹੋਈ ਕਿਵੇਂ ਭੁੱਲੀਏ ਪੰਜਾਬ ਦੀ ਨੌਜਵਾਨੀ ਝੂਠੇ ਮੁਕਾਬਲੇ ਬਣਾ ਕੇ ਮਾਰ ਦਿੱਤੀ ਗਈ ਅਸੀਂ ਨਹੀਂ ਭੁੱਲ ਸਕਦੇ ਜਿਨ੍ਹਾਂ ਹੱਡਾਂ ਦੀ ਟਹਿਲ ਟਕੋਰ ਕੀਤੀ ਸਾਡੇ ਪੁਰਖਿਆਂ ਨੇ ਤੇ ਸਾਡੇ ਦਾਣਿਆਂ ਨੇ ਉਹਨਾਂ ਸਾਡੇ ਹੀ ਤਖਤ ਅਕਾਲ ਪੰਨੇ ਫੌਜਾਂ ਛਾੜ ਕੇ ਬਹੁਤੇ ਸਿਆਣਿਆਂ ਨੇ ਤਾਪੜ ਤੋੜ ਨਜ਼ਰ ਨੇ कुंठ ਚੁੱਕੇ ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ ਮੁੰਡੇ ਫੁੱਲਾਂ ਜੇ ਖਤਰਿਆਂ ਨਾਲ ਖਹਿਗੇ ਐਸੀ ਅਦਾ ਸੀ ਨੀਲਿਆਂ ਬਾਣਿਆਂ ਦੀ ਆ ਜਿਹੜੇ ਕਾਂਗਰਸੀ ਰਾਹੁਲ ਗਾਂਧੀ ਨੂੰ ਸੋਫੇ ਵਾਲੇ ਟਰੈਕਟਰ ਤੇ ਬਿਠਾ ਕੇ ਝੂਟੇ ਦੇ ਰਹੇ ਨੇ ਵੀ ਕਿਤੇ ਮੰਗਰਾੜ ਨਾ ਚੁੱਪ ਜੇ ਉਸੇ ਦੇ ਪਿਓ ਨੇ ਕਿਹਾ ਸੀ ਕਿ ਜਦ ਕੋਈ ਬड़ा पेड़ गिरता है तो धरती हिलती है ਅਸੀਂ ਨਹੀਂ ਭੁੱਲੇ ਬਾਲੀਵੁੱਡ ਦੇ ਇੱਕ ਮਹਾਨ ਸ਼ਖਸੀਅਤ ਨੇ ਕਿਹਾ ਸੀ ਕਿ ਇਨ ਸਿੱਖੋਂ ਨੇ ہماری ماں ਨੂੰ ਮਾਰਾ ਹੈ ਖੂਨ ਕੇ ਛਿੰਟੇ ਇਨਕੇ ਘਰ ਤੱਕ ਜਾਣੇ ਚਾਹੀਏ ਅਸੀਂ ਨਹੀਂ ਭੁੱਲੇ ਤੇ ਜੇ ਮੈਂ ਮੁੱਢ ਗੱਲ ਕਰਾਂ ਇਤਿਹਾਸ ਬਾਰੇ ਉਹਨਾਂ ਨੇ ਸਾਨੂੰ ਰਾਣੀ ਲక్ష్ਮੀਬਾਈ ਬਾਰੇ ਤਾਂ ਪੜ੍ਹਾਤਾ ਪਰ ਮਾਈ ਭਾਗੂ ਬਾਰੇ ਨਹੀਂ ਦੱਸਿਆ ਉਹਨਾਂ ਨੇ ਸਾਨੂੰ 1857 ਦੀ ਕ੍ਰਾਂਤੀ ਬਾਰੇ ਤਾਂ ਪੜ੍ਹਾਤਾ ਪਰ ਗਦਰ ਲਹਿਰ ਕੂਕਾ ਲਹਿਰ ਤੇ ਅਕਾਲੀ ਲਹਿਰ ਬਾਰੇ ਨਹੀਂ ਦੱਸਿਆ ਕਿਉਂ ਕੀਤਾ ਸੀ ਗਦਰੀ ਬਾਬਿਆਂ ਨੇ ਇਦਾਂ ਕਿਉਂਕਿ ਉਹ ਸਿੱਖੀ ਤੋਂ ਪ੍ਰੇਰਿਤ ਸੀ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਕਿ ਵਤਨ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ ਪਰ ਉਦੀ ਜਗ੍ਹਾ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਨੇ ਕੀਤਾ ਪਤਾ ਕਿਸੇ ਨੂੰ ਸੈਲੂਲਰ ਜੇਲ੍ਹ ਜਾਣ ਤੋਂ ਡੇਢ ਮਹੀਨੇ ਬਾਅਦ ਹੀ ਸਵਰਕਰ ਮਾਫੀ ਦੀਆਂ ਚਿੱਠੀਆਂ ਲੱਗ ਗਿਆ ਸੀ ਭੇਜਣ ਉਹ ਵੀਰ ਹੋ ਗਿਆ ਤੇ ਇਧਰ ਸਾਡੇ ਵਾਲੇ ਸਾਡੇ ਵਾਲੇ ਫਾਂਸੀਆਂ ਤੇ ਚੜ ਗਏ ਪਰ ਕਦੇ ਮਾਫੀ ਨਹੀਂ ਮੰਗੀ ਰਾਜ ਕਾਕੜਾ ਜੀ ਦੀਆਂ ਕੁਝ ਲਾਈਨਾਂ ਯਾਦ ਆ ਰਹੀਆਂ ਨੇ ਸਿੱਕੀ ਨੀਤ ਬਦ ਨੀਤੀ ਨਹਿਰੂ ਖੇਡ ਗਿਆ ਨੀਤੀ ਸ਼ੇਰਾ ਮਾਰੀਆਂ ਸੀ ਮਾਰਾਂ ਐਸ਼ ਗਿੱਦੜਾ ਨੇ ਕੀਤੀ ਰਹਿ ਗਏ ਹੱਕਾਂ ਵੱਲੋਂ ਫਾੜੀ ਅਸੀਂ ਮਰਨੇ ਨੂੰ ਮੀਤੀ ਕੌਣ ਪੁੱਛਦਾ ਪੰਜਾਬ ਤੇਰੇ ਉੱਤੇ ਕੀ ਕੀ ਬੀਤੀ ਕਟਗਿੰਦੀ ਵਾਲਿਆਂ ਨਾਲ ਸਦਾ ਤੋਂ ਹੀ ਤੱਕੇਸ਼ਾਈ ਹੁੰਦੀ ਆਈ ਹੈ ਹਾਕਮ ਚਾਹੇ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਪਰ ਪੰਜਾਬੀਆਂ ਨੇ ਸਦਾ ਹੀ ਤੱਕੇਸ਼ਾਈ ਦੇ ਖਿਲਾਫ ਆਵਾਜ਼ ਉਠਾਈ ਹੈ ਸਾਡੇ ਤਾਂ ਬਾਬੇ ਨੇ ਵੀ ਬਾਬਰ ਨੂੰ ਜਬਰ kiya ਸੀ। ਇਹ ਦਰਮਾ ਤੇ ਜਾਤਾਂ-ਪਾਤਾਂ ਦੇ ਰੋਲੇ ਨੂੰ ਖਤਮ ਕਰਨ ਦੇ ਲਈ ਬਾਬੇ ਨਾਨਕ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ। ਬਾਬੇ ਨਾਨਕ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ। ਤੇ ਜੇ ਤੁਸੀਂ ਸੱਚੀ ਬਾਬੇ ਨਾਨਕ ਨੂੰ ਮੰਨਦੇ ਹੋ ਤਾਂ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਗਾਲਾਂ ਨਾ ਕੱਢਿਆ ਕਰੋ। ਕਿਉਂਕਿ ਤੁਹਾਡੀ ਹਰ ਇੱਕ ਗਾਲ ਇੱਕ ਔਰਤ ਨਾਲ ਜੁੜੀ ਹੁੰਦੀ ਹੈ। ਤੇ ਔਰਤ ਬਾਰੇ ਬਾਬੇ ਨਾਨਕ ਨੇ ਕਿਹਾ ਸੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਮੈਨੂੰ ਲੱਗਦਾ ਸਾਨੂੰ ਇਹ ਲੜਾਈ ਆਪਣੇ ਘਰਾਂ ਤੋਂ ਤੇ ਆਪਣੇ ਪਿੰਡਾਂ ਤੋਂ ਸ਼ੁਰੂ ਕਰਨੀ ਪਏਗੀ ਉਹ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਵਿਚਾਰਾਂ ਦੀ ਲੜਾਈ ਮੱਛਰਦਾਨੀ ਤੋਂ ਬਾਹਰ ਹੋ ਕੇ ਲੜੀਏ ਉਹ ਪਾਸ਼ ਤੇ ਸੰਤਰਾਮ ਉਦਾਸੀ ਨੂੰ ਕਤਲ ਤਾਂ ਕਰ ਸਕਦੇ ਨੇ ਪਰ ਉਹਨਾਂ ਦੀਆਂ ਕਵਿਤਾਵਾਂ ਸਾਡੇ ਅੰਦਰ ਬੋਲਦੀਆਂ ਨੇ ਅੰਤ ਵਿੱਚ ਪੇਸ਼ ਕਰਾਂਗੀ ਆਪਣੀ ਮਨਪਸੰਦ ਕਵਿਤਾ ਜਿਸ ਨੂੰ ਲਿਖਿਆ ਹੈ ਅਫਤਾਸ ਸਿੰਘ ਪਾਸ਼ਤੀ ਨੇ ਅਸਲ ਵਿੱਚ ਇਹ ਕਵਿਤਾ ਵੀ NCERT ਬੁੱਕਸ ਤੋਂ ਹਟਾ ਦਿੱਤੀ ਗਈ ਕਿਉਂਕਿ ਇਹ ਸਾਨੂੰ ਮੋਟੀਵੇਟ ਕਰਦੀ ਹੈ ਪੇਸ਼ ਕਰਦੀਆਂ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਰਸ਼ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗੱਤਾਰੀ ਲੋਭ ਦੀ ਮੁਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ ਡਰੂ ਜਹੀ ਚੁੱਪਚ ਮੜੇ ਜਾਣਾ ਬੁਰਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ ਕਿਸੇ ਜੁਗਨੂ ਦੀ ਲੋ ਵਿੱਚ ਬੜਨ ਲੱਗ ਜਾਣਾ ਬੁਰਾ ਤਾਂ ਹੈ ਕਪੜ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਮਰਦਾ ਸ਼ਾਂਤੀ ਨਾਲ ਪਰ ਜਾਣਾ ਨਾ ਹੋਣਾ ਤੜਪਦਾ ਤੇ ਸਭ ਕੁਝ ਸਹਿਨ ਕਰ ਜਾਣਾ ਕਰਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਵਾਪਸ ਆਣਾ ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਜੋ ਤੁਹਾਡੇ ਗੁੱਟ ਤੇ ਚਲਦਿਆਂ ਹੋਇਆਂ ਵੀ ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਕੁਝ ਵੇਖਦਿਆਂ ਹੋਇਆਂ ਵੀ ਠੰਡੀ ਹੀ یخ ਹੁੰਦੀ ਹੈ ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਸ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਤੇ ਉਸ ਦੀ ਮਰੀ ਹੋਈ ਤੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੁਰਬ ਵਿੱਚ ਖੁੱਬ ਜਾਵੇ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਰਸ ਦੇ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ